ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ। ਬਹੁਤ ਦਿਨਾਂ ਬਾਅਦ ਵਲੋਗ ਜਿਹੜਾ ਆ ਸ਼ੁਰੂ ਕਰ ਰਹੇ ਹਾਂ, ਅਤੇ ਵਲੋਗ ਸਾਨੂੰ ਵੈਸੇ ਆਇਆਂ ਨੂੰ ਹੋ ਗਿਆ 3-4 ਦਿਨ, ਅਤੇ ਆਪਾਂ ਘਰ ਰੈਸਟ ਕਰ ਰਹੇ ਸੀਗੇ, ਅਤੇ ਪਰ ਹੁਣ ਅਸੀਂ ਸੋਚਿਆ ਵੀ ਸੀਕੁਐਂਸ ਵਾਈਜ਼ ਹੀ ਨਾਲ ਦੀ ਨਾਲ, ਜਿਵੇਂ ਆਪਾਂ ਤੁਹਾਨੂੰ ਸਾਰੇ ਵਲੋਗਸ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਜਿਹੜਾ ਸਾਰੇ ਟ੍ਰਿਪ ਦਾ ਵੀਜ਼ਿਆਂ ਦਾ ਪ੍ਰੋਸੈਸ ਕੀ ਸੀਗਾ, ਉਹ ਸਾਰਾ ਆਪਾਂ ਇੱਕ ਵਲੋਗ ਬਣਾ ਕੇ ਦੱਸ ਦੇਵਾਂਗੇ। ਸੋ ਅੱਜ ਆਪਾਂ ਸੋਚਿਆ ਕਿ ਆਪਾਂ ਹੁਣ ਮੰਨ ਲਓ ਵੀ ਅੱਜ ਲਾਸਟ ਵਲੋਗ ਆਉਣਾ, ਸੋ ਇਹ ਵਲੋਗ ਤੁਸੀਂ ਕੱਲ੍ਹ ਨੂੰ ਦੇਖ ਰਹੇ ਹੋਵੋਗੇ, ਸੋਚਿਆ ਵੀ ਨਾਲ ਦੀ ਨਾਲ ਹੀ ਸਾਰਾ ਕੁਛ ਦੱਸ ਦਿੱਤਾ ਜਾਵੇ, ਕਿਉਂਕਿ ਫਿਰ ਬਾਅਦ ਦੇ ਵਿੱਚ ਹਨਾ। ਤੇ ਇੱਕ ਗੱਲ ਹੋਰ, ਇਹਨੂੰ ਪੋਜ਼ਿਟਿਵ ਵੇ ਚ ਲਿਓ, ਕਿਉਂਕਿ ਬਹੁਤ ਸਾਰੀ ਨੈਗੇਟਿਵਿਟੀ ਆਉਂਦੀ ਰਹਿੰਦੀ, ਤੁਸੀਂ ਲੈ ਦੱਸੀ ਜਾਂਦੇ ਆ ਇੱਕ ਰੁਪਈਆ। ਪਤਾ ਕੀ ਹੈ, ਮੈਂ ਤੁਹਾਨੂੰ ਦੱਸਦਾ ਕਿ ਟਰੈਵਲਿੰਗ ਦਾ ਅਸੂਲ ਹੁੰਦਾ, ਜਿਹੜੇ ਵੱਡੇ ਵੱਡੇ ਟਰੈਵਲਰ ਵੀ ਨੇ ਉਹ ਵੀ ਇਕੱਲਾ ਇਕੱਲਾ ਖਰਚਾ ਤਾਂ ਦੱਸਦੇ ਹੁੰਦੇ ਨੇ, ਕਿਉਂਕਿ ਜੇ ਕੋਈ ਹੋਰ ਆਉਣਾ ਚਾਹੇ ਵੀਡੀਓ ਦੇਖ ਕੇ ਤਾਂ ਉਹਨੂੰ ਇਹ ਪਤਾ ਹੋਵੇ ਵੀ ਹਾਂ ਵੀ ਇਸ ਥਾਂ ਫਲਾਨਾ ਬੰਦਾ ਗਿਆ ਸੀ, ਉਹਨੇ ਇੰਨਾ ਦੱਸਿਆ ਸੀਗਾ, ਚੱਲ ਅਪਰੋਕਸੀਮੇਟਲੀ ਉਹ ਬੰਦੇ ਨੂੰ ਆਈਡੀਆ ਲੱਗ ਸਕੇ ਕਿ ਹਾਂ ਵੀ ਇੰਨਾ ਖਰਚਾ ਮੇਰਾ ਆ ਸਕਦਾ। ਸੋ ਇਹ ਉਸ ਕਰਕੇ ਹੁੰਦਾ, ਬਾਕੀ ਚਲੋ ਉਹ ਤਾਂ ਛੱਡੋ, ਆਪਾਂ ਨੈਗੇਟਿਵਿਟੀ ਦੀ ਗੱਲ ਕਰਨੀ ਵੀ ਨਹੀਂ ਗੀ, ਕਿਉਂਕਿ ਆਪਾਂ ਬਹੁਤ ਪੋਜ਼ਿਟਿਵ ਰਹਿਣ ਲੱਗ ਗਏ ਹਾਂ ਅਤੇ ਪੋਜ਼ਿਟਿਵ ਇਹ ਰਹੀ ਸਾਰਾ ਕੁਛ ਕਰ ਰਹੇ ਹਾਂ, ਅਤੇ ਬਾਬਾ ਜੀ ਦੀ ਕਿਰਪਾ ਰਹੀ ਬਹੁਤ ਵਧੀਆ ਟ੍ਰਿਪ ਤੋਂ ਵਾਪਸ ਆਏ ਹਾਂ। ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਸਾਨੂੰ 2-3 ਗੱਲਾਂ ਵਿੱਚ ਦੱਸੂਗਾ ਮੈਂ ਕਿ ਵੀਜ਼ਿਆਂ ਦਾ ਪ੍ਰੋਸੈਸ ਅਤੇ ਖਰਚਾ ਕਿੰਨਾ ਆ, ਅਤੇ ਤੀਜਾ ਸਾਨੂੰ ਬੱਚੇ ਦੇ ਨਾਲ ਕੀ ਕੀ ਤਕਲੀਫ ਆਈ ਅਤੇ ਸਾਨੂੰ ਕੀ ਕੀ ਚੀਜ਼ਾਂ ਦੀ ਨੀਡ ਹੋਰ ਹੈਗੀ ਆ ਜਿਹੜੀਆਂ ਸਾਨੂੰ ਲੈਣੀਆਂ। ਵੀ ਮਤਲਬ ਜੇ ਹੁਣ ਅਸੀਂ ਨੈਕਸਟ ਟ੍ਰਿਪ ਪਲਾਨ ਕਰਦੇ ਹਾਂ ਤਾਂ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਨੀਡ ਹੈਗੀ ਆ? ਮੈਂ ਪਹਿਲਾਂ ਅਸੀਂ ਇਹ ਸੋਚਦੇ ਸੀ ਕਿ ਵੀ ਹਾਂ ਆਹ ਚੀਜ਼ ਬਿਨਾ ਸਾਡਾ ਸਰ ਜੂਗਾ, ਬਟ ਹੁਣ ਤੁਹਾਨੂੰ ਅਸੀਂ ਉਹ ਚੀਜ਼ਾਂ ਦੱਸਾਂਗੇ ਜਿਹਨਾਂ ਚੀਜ਼ਾਂ ਬਿਨਾ ਅਸੀਂ ਸੋਚਦੇ ਸੀ ਸਰ ਜਾਂਗੇ ਪਰ ਸਾਡਾ ਨਹੀਂ ਸਰਿਆ। ਸਾਨੂੰ ਪਹਿਲਾਂ ਤਾਂ ਮੈਂ ਦੱਸੂਗਾ ਵੀਜ਼ਿਆਂ ਬਾਰੇ। ਮਲੇਸ਼ੀਆ ਦੀ ਐਂਟਰੀ ਜਿਹੜੀ ਆ ਉਹ ਫ੍ਰੀ ਆ ਬਈ, ਪਿਛਲੇ ਦਸੰਬਰ ਤੋਂ ਉਹਨਾਂ ਨੇ ਫ੍ਰੀ ਕੀਤੀ ਹੋਈ ਆ, 2024 ਦੇ ਦਸੰਬਰ ਤੋਂ 1 ਸਾਲ ਲਈ ਮਲੇਸ਼ੀਆ ਤੁਸੀਂ ਸਿਰਫ ਟਿਕਟ ਖਰੀਦ ਕੇ ਆਪਣੀ ਜਾ ਸਕਦੇ ਹੋ। ਜੇਕਰ ਤੁਸੀਂ 2-3 ਮਹੀਨੇ ਪਹਿਲਾਂ ਟਿਕਟ ਖਰੀਦਦੇ ਹੋ ਤਾਂ ਤੁਹਾਨੂੰ ਜਿਹੜੀ ਟਿਕਟ ਵੀ ਬਹੁਤ ਸਸਤੀ ਪੈ ਜਾਂਦੀ ਹੈ, ਪਰ ਬੰਦਾ ਇੱਕ ਪਾਸੇ ਦੀ 6,000 ਦੀ ਟਿਕਟ ਹੀ ਮਿਲ ਜਾਂਦੀ ਹੈ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਦੀ, ਮਤਲਬ 12,000 ਦੀ ਅਪ ਡਾਊਨ ਟਿਕਟ ਮਿਲ ਜਾਂਦੀ ਆ ਜੇ ਤੁਸੀਂ 2-3 ਮਹੀਨੇ ਪਹਿਲਾਂ ਕਰਦੇ ਹੋ। ਜੇ ਨੇੜੇ ਆ ਕੇ ਕਰਦੇ ਹੋ ਤਾਂ ਚਲੋ 10-12 ਹਜ਼ਾਰ ਪਰ ਬੰਦਾ ਮਿਲਦੀ ਆ, ਠੀਕ ਹੈ। ਅਤੇ ਉਹਦੀ ਜਿਹੜਾ ਵੀਜ਼ਾ ਮਿਲਦਾ ਉਹ ਉੱਥੇ ਜਾ ਕੇ ਮਿਲਦਾ, ਤੁਹਾਡੇ ਕੋਲ ਸਾਰੇ ਡਾਕੂਮੈਂਟ ਹੋਣੇ ਚਾਹੀਦੇ ਨੇ, ਸਭ ਤੋਂ ਪਹਿਲਾਂ ਪਾਸਪੋਰਟ ਵੈਲਿਡ ਹੋਣਾ ਚਾਹੀਦਾ 6 ਮਹੀਨਿਆਂ ਲਈ, ਠੀਕ ਹੈ, ਘੱਟੋ ਘੱਟ 6 ਮਹੀਨੇ ਉਹਦੀ ਵੈਲਿਡਿਟੀ ਹੋਣੀ ਚਾਹੀਦੀ ਹੈ। ਦੂਜੇ ਨੰਬਰ 'ਤੇ ਤੁਹਾਡੇ ਕੋਲ ਰਿਟਰਨ ਟਿਕਟ ਹੋਣੀ ਚਾਹੀਦੀ ਹੈ, ਅਤੇ ਤੀਜੇ ਨੰਬਰ 'ਤੇ ਹੋਟਲ ਬੁਕਿੰਗ, ਤੁਹਾਡਾ ਕਿੰਨੇ ਦਿਨ ਦਾ ਰਹਿਣ ਦਾ ਪਲਾਨ ਹੈ, ਤੁਹਾਡਾ 10 ਦਿਨ ਦਾ 20 ਦਿਨ ਦਾ, ਮਹੀਨੇ ਦੀ ਐਂਟਰੀ ਮਿਲਦੀ ਆ, ਮਹੀਨਾ ਤੁਸੀਂ ਉੱਥੇ ਰਹਿ ਸਕਦੇ ਹੋ, ਪਰ ਜੇ ਤੁਸੀਂ 10 ਦਿਨ ਰਹਿਣਾ ਤਾਂ 10 ਦਿਨ ਦੀ ਤੁਹਾਡੇ ਕੋਲ ਹੋਟਲ ਬੁਕਿੰਗ ਹੋਣੀ ਚਾਹੀਦੀ ਹੈ, 3 ਦਿਨ ਰਹਿਣਾ ਤਾਂ 3 ਦਿਨ ਦੀ ਹੋਟਲ ਬੁਕਿੰਗ ਹੋਣੀ ਚਾਹੀਦੀ ਹੈ, ਹੋਟਲ ਬੁਕਿੰਗ, ਰਿਟਰਨ ਟਿਕਟ, ਠੀਕ ਹੈ, ਇਹ 2 ਚੀਜ਼ਾਂ ਚਾਹੀਦੀਆਂ, ਹੋਰ ਕੁਛ ਨਹੀਂ। ਅਤੇ ਇੱਕ MDAC ਕਾਰਡ ਹੁੰਦਾ ਉਹ ਜਿਹੜਾ ਜਦੋਂ ਤੁਸੀਂ ਜਾਣਾ ਹੁੰਦਾ ਉਹ ਤੋਂ 72 ਘੰਟੇ ਪਹਿਲਾਂ ਭਰਨਾ ਹੁੰਦਾ, ਮਤਲਬ ਜਿੱਦਾਂ ਤੁਸੀਂ ਉੱਥੇ ਉਤਰਨਾ ਉਹ ਦਿਨ ਇਨਕਲੂਡ ਹੁੰਦਾ ਵਿੱਚ, ਵੀ ਜਿਵੇਂ ਮੰਨ ਲਓ ਕਿ ਤੁਸੀਂ 10 ਤਰੀਕ ਨੂੰ ਉਤਰਨਾ ਤਾਂ ਅੱਜ 8 ਤਰੀਕ ਹੈ, ਤਾਂ 8 ਤਰੀਕ ਨੂੰ ਤੁਸੀਂ ਉਹ ਆਪਣਾ MDAC ਕਾਰਡ ਜਿਹੜਾ ਆ ਉਹ ਮਲੇਸ਼ੀਆ ਡਿਜੀਟਲ ਅਰਾਈਵਲ ਕਾਰਡ ਆ ਉਹ ਔਨਲਾਈਨ ਭਰ ਸਕਦੇ ਹੋ, ਉਹਦਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਉਹ ਭਰ ਕੇ ਉਹਦੇ ਵਿੱਚ ਸਿਰਫ ਬੇਸਿਕ ਡਿਟੇਲ ਹੁੰਦੀ ਹੈ ਕਿ ਤੁਸੀਂ ਕਦੋਂ ਆ ਰਹੇ ਹੋ ਕਦੋਂ, ਹੈ ਨਾ, ਉਹ ਸਾਰਾ ਕੁਛ। ਉਹ ਭਰਨ ਤੋਂ ਬਾਅਦ ਜਿਹੜਾ ਆ ਤੁਹਾਡੇ ਕੋਲ ਇੱਕ ਈਮੇਲ ਆ ਜੂਗੀ, ਉਹ ਤੁਹਾਨੂੰ ਜਦੋਂ ਤੁਸੀਂ ਇੰਡੀਆ ਤੋਂ ਚੜ੍ਹੋਗੇ ਤਾਂ ਤੁਹਾਨੂੰ ਪੁੱਛੀ ਵੀ ਜਾਊਗੀ ਇਮੀਗ੍ਰੇਸ਼ਨ ਵੱਲੋਂ ਵੀ ਇੱਕ ਕਾਰਡ ਆ ਉਹਦਾ ਤੁਹਾਨੂੰ ਸਾਨੂੰ ਦਿਖਾਓ ਈਮੇਲ, ਅਤੇ ਉਹ ਜਿਹੜਾ ਆ ਉਹ ਤੁਸੀਂ ਇਮੀਗ੍ਰੇਸ਼ਨ ਨੂੰ ਦਿਖਾਉਣਾ ਅਤੇ ਤੁਹਾਨੂੰ ਇੱਥੋਂ ਜਿਹੜਾ ਚੜ੍ਹਨ ਦਿੱਤਾ ਜਾਊਗਾ। ਮਲੇਸ਼ੀਆ ਦੇ ਵੀਜ਼ੇ ਦਾ ਪ੍ਰੋਸੈਸ ਸਿਰਫ ਇੰਨਾ ਕੁ, ਬਹੁਤ ਸੌਖਾ, ਬਹੁਤ ਜ਼ਿਆਦਾ ਸੌਖਾ। ਅਤੇ ਉਹ ਤੋਂ ਬਾਅਦ ਆਉਂਦੀ ਹੈ ਜੀ ਥਾਈਲੈਂਡ ਦੀ ਗੱਲ, ਮੈਂ ਹੁਣ ਵੀਜ਼ਿਆਂ ਦੀ ਦੋਵਾਂ ਦੀ ਲਗਾਤਾਰ ਦੱਸ ਦੂੰਗਾ। ਥਾਈਲੈਂਡ ਦੇ ਵਿੱਚ ਜਿਹੜਾ ਆ ਐਂਟਰੀ ਫ੍ਰੀ ਆ,
ਉਹ ਤੁਹਾਨੂੰ ਕੁਛ ਨਹੀਂ ਪੁੱਛਦੇ। ਵੈਸੇ ਹੋਟਲ ਬੁਕਿੰਗ ਤੁਹਾਨੂੰ ਉੱਥੇ ਵੀ ਚਾਹੀਦੀ ਆ, ਜਿਹੜੇ ਉਹਨਾਂ ਦੇ ਗਾਈਡਲਾਈਨਸ ਆ। ਰਿਟਰਨ ਟਿਕਟ ਉੱਥੇ ਵੀ ਚਾਹੀਦੀ ਆ, ਉੱਥੇ ਵੀ ਇੱਕ ਮਹੀਨੇ ਦੀ ਐਂਟਰੀ ਮਿਲਦੀ ਆ। ਬਟ ਜਿਹੜੀ ਥਾਈਲੈਂਡ ਨੇ ਫ੍ਰੀ ਐਂਟਰੀ ਕੀਤੀ ਹੋਈ ਆ ਉਹ ਸ਼ਾਇਦ ਅਪ੍ਰੈਲ ਤੱਕ ਆ, ਵੀ ਅਪ੍ਰੈਲ ਦੇ ਵਿੱਚ ਉਹਨਾਂ ਨੇ ਐਂਟਰੀ ਸ਼ਾਇਦ ਬੰਦ ਕਰ ਦੇਣ, ਸ਼ਾਇਦ ਐਕਸਟੈਂਡ ਕਰ ਦੇਣ, ਬਟ ਫਿਲਹਾਲ ਉਹ ਅਪ੍ਰੈਲ ਤੱਕ ਹੀ ਆ। ਅਤੇ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਤੁਸੀਂ ਜੇ ਮੰਨ ਲਓ 2024 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਾਂਦੇ ਹੋ ਤਾਂ ਤੁਸੀਂ ਜਿਹੜਾ ਆ ਫ੍ਰੀ ਐਂਟਰੀ ਲੈ ਸਕਦੇ ਹੋ। ਤੁਹਾਨੂੰ ਵੀਜ਼ਾ ਲੈਣ ਦੀ ਕੋਈ ਲੋੜ ਨਹੀਂ, ਵੀਜ਼ਾ ਫੀਸ ਨਹੀਂ ਹੈਗੀ, ਕੋਈ ਫੀਸ ਨਹੀਂ ਹੈਗੀ, ਕੁਛ ਨਹੀਂ ਹੈਗਾ। ਕਿਤੋਂ ਵੀ ਆ ਰਹੇ ਹੋ ਤੁਸੀਂ, ਤੁਸੀਂ ਆਸਟ੍ਰੇਲੀਆ ਤੋਂ ਆ ਰਹੇ ਹੋ, ਨਿਊਜ਼ੀਲੈਂਡ ਤੋਂ ਆ ਰਹੇ ਹੋ, ਜੇ ਤੁਸੀਂ ਆਪਣਾ ਟ੍ਰਿਪ ਪਲਾਨ ਕਰਨਾ ਚਾਹੁੰਦੇ 3-4 ਦਿਨ ਇੰਡੀਆ ਤੋਂ ਜਾ ਰਹੇ ਹੋ, ਇੰਡੀਆ ਤੋਂ ਜਾ ਰਹੇ ਹੋ, ਤਾਂ ਤੁਸੀਂ ਰਸਤੇ ਦੇ ਵਿੱਚ ਜਿਹੜਾ ਇੱਕ ਹੋਟਲ ਬੁਕਿੰਗ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਜਾਂ ਮੰਨ ਲਓ ਤੁਸੀਂ ਐਂਟਰੀ ਲੈਣੀ ਹੈ ਤਾਂ ਤੁਹਾਡਾ ਰਿਟਰਨ ਟਿਕਟ ਹੋਣੀ ਚਾਹੀਦੀ ਹੈ। ਬਸ ਇਹੀ ਚੋ ਦੋ ਚੰਦ ਚੀਜ਼ਾਂ। ਬਾਕੀ ਤੁਸੀਂ ਆਪਣੇ ਡਾਕੂਮੈਂਟ ਅਸੀਂ ਇਹ ਕਹਿੰਦੇ ਵੀ ਆਪਣੇ ਡਾਕੂਮੈਂਟ ਪੂਰੇ ਰੱਖੋ, ਮਤਲਬ ਹੋਟਲ ਬੁਕਿੰਗ, ਬੈਂਕ ਸਟੇਟਮੈਂਟ ਵੀ ਅਸੀਂ ਕਢਾ ਕੇ ਲੈ ਕੇ। ਕਿਸੇ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਤੁਹਾਨੂੰ ਕਿਹੜਾ ਕੁਐਸਚਨ ਪੁੱਟ ਕਰ ਲੈਣ, ਕੀ ਤੁਹਾਨੂੰ ਪੁੱਛ ਲੈਣ। ਸੋ ਇਹ ਵਾਲੇ ਡਾਕੂਮੈਂਟ ਹੋਣਗੇ ਜਿਹੜੇ ਤੁਹਾਨੂੰ ਮਹਿਕਦੀਪ ਹੁਣ ਦੱਸਣਗੇ, ਬੈਂਕ ਸਟੇਟਮੈਂਟ, ਤੁਹਾਡਾ ਪਾਸਪੋਰਟ, ਤੁਹਾਡੀ ਹੋਟਲ ਬੁਕਿੰਗ ਦੀ ਜਿਹੜੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਫੋਟੋ ਕਾਪੀ। ਚਾਰ ਇਹੀ ਡਾਕੂਮੈਂਟ ਮੇਨ ਹੁੰਦੇ, ਹੋਰ ਕੁਛ ਨਹੀਂ, ਹੋਰ ਕੁਛ। ਬਾਕੀ ਬਹੁਤ ਈਜ਼ੀਲੀ ਐਂਟਰੀ ਮਿਲ ਜਾਂਦੀ ਹੈ, ਕੋਈ ਡਰਨ ਦੀ ਗੱਲ ਨਹੀਂ, ਨਾ ਕੋਈ ਬਹੁਤੇ ਸਵਾਲ ਪੁੱਛਦੇ ਨੇ ਉਹ, ਕੋਈ ਐਡਾ ਚੱਕਰ ਨਹੀਂ ਹੈਗਾ। ਕੌਨਫੀਡੈਂਟ ਰਹੋ, ਕੌਨਫੀਡੈਂਸ ਲਈ ਤੁਸੀਂ ਜਾ ਕੇ ਈਜ਼ੀਲੀ ਘੁੰਮ ਕੇ ਆ ਸਕਦੇ ਹੋ। ਤੇ ਹੁਣ ਆਉਂਦੀ ਹੈ ਜੀ ਅੱਗੇ ਆਪਣੇ ਖਰਚੇ ਦੀ ਗੱਲ, ਵੀ ਸਾਡਾ ਕਿੰਨਾ ਖਰਚਾ ਆਇਆ। ਸਾਡਾ ਜਿਹੜਾ ਆ, ਅਸੀਂ 3 ਜਣੇ ਸੀਗੇ, ਜਿਹਦੇ ਵਿੱਚ ਜਿਹੜਾ ਤਕਦੀਰ ਆ ਉਹ ਇਨਫੈਂਟ ਦੇ ਵਿੱਚ ਆਉਂਦੀ ਹੈ, ਕਿਉਂਕਿ 2 ਸਾਲ ਤੋਂ ਥੱਲੇ ਆ, ਇਹਦੀ ਕੋਈ ਟਿਕਟ ਨਹੀਂ ਲੱਗੀ, ਇਹਦੇ ਸਿਰਫ ਟੈਕਸਿਸ ਲੱਗੇ ਨੇ ਫਲਾਈਟਸ ਦੇ ਵਿੱਚ। ਹੋਟਲ ਦੇ ਵਿੱਚ ਤਾਂ ਇਹਦਾ ਫ੍ਰੀ ਸੀਗਾ, ਕਿਉਂਕਿ ਇਹ ਬੱਚਾ ਆ, ਬੱਚਾ ਤਾਂ ਮੰਨ ਲਓ 5 ਸਾਲ ਤੱਕ ਮੇਰੇ ਖਿਆਲ 'ਚ ਕੁਛ ਲੈਂਦੇ ਨਹੀਂ, 5-7 ਬਾਕੀ ਮੈਨੂੰ ਪ੍ਰੋਪਰ ਪਤਾ ਨਹੀਂ ਹੈਗਾ, ਪਰ ਐਡੇ ਛੋਟੇ ਬੱਚੇ ਦਾ ਕੁਛ ਵੀ ਨਹੀਂ ਲੈਂਦੇ। ਸਾਡਾ ਜਿਹੜਾ ਟਿਕਟਾਂ ਹੋਈਆਂ ਸੀਗੀਆਂ ਉਹ ਸਾਰੀਆਂ ਟਿਕਟਾਂ ਜੇ ਮੈਂ ਕਹਾਂ ਤਾਂ ਪਹਿਲਾਂ ਮਲੇਸ਼ੀਆ ਦੀਆਂ ਦੱਸ ਦਿਓ, ਵੀ ਕਈ ਵੇਲੇ ਕਿਸੇ ਨੇ ਕੱਲਾ ਮਲੇਸ਼ੀਆ ਹੀ ਜਾਣਾ ਹੁੰਦਾ। ਸਾਡਾ ਜਿਹੜਾ ਟ੍ਰਿਪ ਪਲਾਨ ਸੀਗਾ ਹਨਾ, ਵੀ ਇੱਥੋਂ ਮਲੇਸ਼ੀਆ, ਮਲੇਸ਼ੀਆ ਤੋਂ ਥਾਈਲੈਂਡ, ਥਾਈਲੈਂਡ ਤੋਂ ਇੰਡੀਆ, ਇੱਦਾਂ ਸੀਗਾ। ਸੋ ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਸਾਡੀਆਂ ਜਾਂਦਿਆਂ ਦੀਆਂ ਟਿਕਟਾਂ ਸੀਗੀਆਂ ਉਹ ਹੋਈਆਂ ਸੀਗੀਆਂ 38,000 ਦੀਆਂ ਅੰਮ੍ਰਿਤਸਰੋਂ, ਠੀਕ ਹੈ, ਕਿਉਂਕਿ ਉਹ ਹਫ਼ਤਾ ਪਹਿਲਾਂ ਹੀ ਕਰਾਈਆਂ ਸੀਗੀਆਂ। ਹਫ਼ਤਾ ਤੋਂ ਪਹਿਲਾਂ 38,000 ਦੀਆਂ ਸਾਡੀਆਂ ਟਿਕਟਾਂ ਹੋਈਆਂ ਸੀ ਤਿੰਨਾਂ ਦੀਆਂ। ਉਹਦੇ ਵਿੱਚ ਜੋਧ ਦੀ ਅਤੇ ਤਕਦੀਰ ਦੀ ਟਿਕਟ ਇਕੱਠੀ ਸੀ, ਮੇਰੀ ਅਲੱਗ ਸੀ, ਕਿਉਂਕਿ ਅਸੀਂ ਇੱਕ ਬੈਗੇਜ ਐਕਸਟਰਾ ਲੈ ਕੇ ਜਾਣਾ, ਮਤਲਬ ਵਜ਼ਨ ਸਾਡੇ ਕੋਲ ਜ਼ਿਆਦਾ ਸੀਗਾ, ਉਹਦੇ ਕਰਕੇ ਤਕਦੀਰ ਦਾ ਸਮਾਨ ਸੀਗਾ। ਅਤੇ ਉੱਥੋਂ ਮਲੇਸ਼ੀਆ ਤੋਂ ਥਾਈਲੈਂਡ ਦੀਆਂ ਸਾਡੀਆਂ ਸਾਰੀਆਂ ਟਿਕਟਾਂ ਹੋਈਆਂ ਸੀਗੀਆਂ 12,000 ਦੀ ਮੇਰੀ ਹੋਈ ਸੀ, ਕਿਉਂਕਿ ਮੇਰੇ ਕੋਲ ਐਕਸਟਰਾ ਲੱਗੇ ਸੀਗਾ, ਅਤੇ ਜੋਤ ਹੋਣਾ ਦੀ ਹੋਈ ਸੀ 7,500 ਦੀ, ਮਤਲਬ 20,000 ਦੀਆਂ ਉੱਥੋਂ ਟਿਕਟਾਂ ਹੋਈਆਂ ਸੀਗੀਆਂ। ਅਤੇ ਜਦੋਂ ਇੰਡੀਆ ਆਉਣਾ ਸੀਗਾ ਅਸੀਂ, ਤਾਂ ਥਾਈਲੈਂਡ ਤੋਂ ਸਾਡੀਆਂ ਟੋਟਲ 3 ਦੀਆਂ ਇਕੱਠੀ ਟਿਕਟ ਹੋਈ ਸੀਗੀ, ਉਹ ਹੋਈ ਸੀ 26,000 ਦੀ, 3 ਦੀ 26,000, ਅਤੇ ਆਪਣਾ ਹੋ ਗਿਆ 20,000, 46 ਅਤੇ 38,000 ਤੁਸੀਂ ਲਾ ਲਓ, ਇਹ ਤਕਰੀਬਨ ਮੰਨ ਕੇ ਚੱਲੋ ਵੀ 82,000-84,000 ਰੁਪਇਆ ਬਣਦਾ। ਇੰਨੇ ਕੁ ਦੇ ਸਾਡੀ ਜਿਹੜੀਆਂ ਟਿਕਟਾਂ ਹੋਈਆਂ ਸੀਗੀਆਂ। ਅਤੇ ਜਿਹੜੇ ਮਲੇਸ਼ੀਆ ਦੇ ਹੋਟਲ ਸੀਗੇ, ਸਾਡਾ 3-4 ਦਿਨ ਦਾ ਪਲੈਨ ਸੀਗਾ ਉੱਥੇ ਰੁਕਣ ਦਾ, ਉਹਦੇ ਸਾਡੇ ਮਲੇਸ਼ੀਆ ਦੇ ਹੋਟਲ ਜਿਹੜੇ ਸੀਗੇ ਉਹ ਹੋਏ ਸੀਗੇ 12,000 ਦੇ, ਮਤਲਬ 3,000 ਪਰ ਨਾਈਟ ਸੀਗਾ, 3,000-3,500। ਔਰ ਉੱਥੇ ਜਦੋਂ ਆਪਾਂ ਜਾਂਦੇ ਹਾਂ ਮਲੇਸ਼ੀਆ ਦੇ ਕਿਸੇ ਵੀ ਹੋਟਲ ਦੇ ਵਿੱਚ, ਉਹ ਟੂਰਿਜ਼ਮ ਟੈਕਸ ਲੈਂਦੇ ਨੇ ਪਰ ਨਾਈਟ 10 ਰਿੰਗਟ, ਉਹ ਜਿਹੜਾ ਆ ਉਹ ਤੁਹਾਨੂੰ ਦੇਣਾ ਹੀ ਪੈਂਦਾ, ਕਿਉਂਕਿ ਉੱਥੋਂ ਦਾ ਗੌਰਮੈਂਟ ਰੂਲ ਆ। ਅਤੇ ਉਸ ਤੋਂ ਬਾਅਦ ਜਿਹੜਾ ਆ ਥਾਈਲੈਂਡ ਦਾ ਜਿਹੜਾ ਸਾਡਾ ਹੋਟਲ ਸੀਗਾ ਉਹ ਸੀਗਾ 8,000-9,000 ਰੁਪਏ ਦੇ ਵਿੱਚ, ਕਿਉਂਕਿ ਉਹ ਵੀ 3-4 ਦਿਨਾਂ ਦਾ ਇੰਨਾ ਕੁ ਸੀਗਾ। ਇਹ ਈਜ਼ੀਲੀ ਵਧੀਆ ਹੋਟਲ ਜਿਹੜਾ ਐਵਰੇਜ ਇੱਥੇ ਮਿਲ ਜਾਂਦਾ, ਬਾਕੀ ਤੁਹਾਡੇ ਬਜਟ 'ਤੇ ਡਿਪੈਂਡ ਆ ਕਿ ਤੁਸੀਂ 5 ਸਟਾਰ ਰਹਿਣਾ, 7 ਸਟਾਰ ਰਹਿਣਾ।
ਵੱਡੇ ਹੋਟਲ 'ਚ। ਇੱਕ ਹੋਰ ਗੱਲ, ਜੇ ਤੁਸੀਂ ਪਹਿਲਾਂ ਚਲੇ ਜਾਂਦੇ ਹੋ ਕਿਸੇ ਵੀ ਕੰਟਰੀ ਦੇ ਵਿੱਚ, ਤਾਂ ਤੁਹਾਨੂੰ ਜਿਹੜਾ ਪਹਿਲਾਂ ਐਕਸਟਰਾ ਪੇ ਕਰਨਾ ਪੈਂਦਾ ਜੇ ਤੁਸੀਂ ਰੂਮ ਵਿੱਚ ਐਂਟਰੀ ਲੈਣੀ ਆ। ਉਹ ਤਾਂ ਐਕਸਟਰਾ ਜਿਵੇਂ ਮੰਨ ਲਓ ਵੀ ਟਾਈਮ ਤੋਂ ਪਹਿਲਾਂ ਚੈੱਕ ਇਨ ਕਰਦੇ ਹੋ ਤਾਂ ਕਿਸੇ ਵੀ ਕੰਟਰੀ ਦੇ ਵਿੱਚ ਐਕਸਟਰਾ ਹੀ ਹੁੰਦਾ ਹੈ। ਹਾਂ, ਉਹ ਅਸੀਂ ਕਿੰਨੇ ਦਿੱਤੇ ਸੀ ਉਹ ਵੀ ਦੱਸ ਦਿਓ। ਉਹ ਅਸੀਂ 500 ਬਾਅਦ ਦਿੱਤਾ ਸੀਗਾ ਕਿਉਂਕਿ ਅਸੀਂ ਟਾਈਮ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਪਹਿਲਾਂ ਹੀ ਚਲ ਗਿਆ ਸੀਗਾ, 4-5 ਮਤਲਬ ਫਲਾਈਟ ਸਾਡੀ ਟਾਈਮ ਨਾਲ ਹੀ ਸੀਗੀ, ਜੋ ਇਸ ਕਰਕੇ ਤੇ ਉਹ ਤੁਸੀਂ ਨਹੀਂ ਦੇਣਾ ਤਾਂ ਤੁਸੀਂ ਉੱਥੇ ਬਹਿ ਕੇ ਵੇਟ ਵੀ ਕਰ ਸਕਦੇ ਹੋ। ਕੋਵਿਡ ਉਹ ਤੁਹਾਡੇ ਮਤਲਬ ਜੇ ਕਿਸੇ ਦੇ ਨਾਲ ਬੱਚਾ ਹੈ ਤਾਂ ਆਬਵੀਅਸ ਜੀ ਗੱਲ ਹੈ ਵੀ ਤੁਹਾਨੂੰ ਲੈਣਾ ਹੀ ਪਊਗਾ ਰੂਮ। ਇਹ ਸੀਗਾ ਸਾਡਾ ਜਿਹੜਾ ਫਲਾਈਟਾਂ ਤੇ ਹੋਟਲ ਦਾ ਖਰਚਾ ਜਿਹੜਾ ਸਾਡਾ 1,02,000-3,000 ਆਇਆ ਸੀਗਾ। 1,02,000-3,000 ਜਿਹੜਾ ਸਾਡਾ ਫਲਾਈਟਾਂ ਤੇ ਹੋਟਲ ਦਾ ਖਰਚਾ ਸੀ। ਹੁਣ ਅਸੀਂ ਉੱਥੇ ਜਿਹੜਾ ਖਰਚਾ ਖਾਣ ਪੀਣ ਦਾ ਹੋਇਆ, ਸਾਡਾ ਟਰਾਂਸਪੋਰਟੇਸ਼ਨ ਦਾ ਹੋਇਆ, ਉਹ ਸਾਡਾ ਅਰਾਊਂਡ ਅਰਾਊਂਡ ਆ ਗਿਆ ਜੀ, ਮੰਨ ਕੇ ਚੱਲੋ ਵੀ US ਡਾਲਰ ਲੈ ਕੇ ਗਏ ਸੀ ਅਸੀਂ, ਸੋ ਐਕਸਚੇਂਜ ਰੇਟ ਸਾਰਾ ਕੁਛ ਪਾ ਕੇ ਅਤੇ ਸਾਰਾ ਉੱਥੇ ਕੁਛ ਪੈਸੇ ਕਢਵਾਏ ਵੀ ATM ਤੋਂ ਕਿਉਂਕਿ US ਡਾਲਰ ਖਤਮ ਹੋ ਗਏ ਸੀ, ਮੈਂ ATM ਤੋਂ ਵਿਡਰਾਅ ਕਰਵਾਏ ਸੀਗੇ, ਕੁਛ ਜਿਹੜੀਆਂ ਗ੍ਰੈਬ ਬੁੱਕ ਕੀਤੀਆਂ ਸੀਗੀਆਂ ਕਾਰਡ ਤੋਂ, ਠੀਕ ਹੈ, ਉਹ ਸਾਰਾ ਮੈਂ ਖਰਚਾ ਟੋਟਲ ਮਿਲਾਇਆ ਸੀਗਾ ਵੀ 35,000 ਤੇ ਪਲੱਸ 12,000 ਮਤਲਬ 47,000-48,000 ਜਿਹੜਾ ਮਤਲਬ ਕੁੱਲ ਸਾਡਾ 1,50,000 ਰੁਪਇਆ ਖਰਚਾ ਆਇਆ 2 ਕੰਟਰੀ ਦੇ ਟ੍ਰਿਪ ਤੇ। ਔਰ ਵਧੀਆ ਰਿਹਾ ਐਕਸਪੀਰੀਅੰਸ, ਬਹੁਤ ਵਧੀਆ ਰਿਹਾ। ਠੀਕ ਆ, ਜਦੋਂ ਆਪਾਂ ਬਹੁਤ ਟਾਈਮ ਬਾਅਦ ਕਿਤੇ ਜਾਂਦੇ ਹਾਂ ਜਾਂ ਪਹਿਲੀ ਵਾਰ ਜਦੋਂ ਆਪਾਂ ਇੰਡੀਆ ਤੋਂ ਜਦੋਂ ਬਾਹਰ ਜਾਂਦੇ ਹਾਂ ਕਿਤੇ ਕਰਨ, ਤਾਂ ਥੋੜ੍ਹੀਆਂ ਬਹੁਤੀਆਂ ਤਕਲੀਫਾਂ ਤਾਂ ਆਉਂਦੀਆਂ ਹੀ ਹੁੰਦੀਆਂ। ਅਤੇ ਹੁਣ ਜਿਹੜਾ ਸਾਨੂੰ, ਮੈਂ ਤੁਹਾਨੂੰ ਦੱਸਦਾ ਕਿ ਹੁਣ ਇਹ ਸਾਡਾ ਸੀਗਾ 1,50,000 ਦੇ ਵਿੱਚ ਸਾਡਾ ਟ੍ਰਿਪ ਹੋ ਗਿਆ, ਮਤਲਬ ਅਪ ਡਾਊਨ ਜਿਹੜਾ 3 ਜਾਣਿਆਂ ਦਾ, ਜਿਹਦੇ ਵਿੱਚ ਤਕਰੀਰ ਦੇ ਇਕੱਲੇ ਟੈਕਸ ਲੱਗੇ ਆ, ਇਹਦੀਆਂ ਟਿਕਟਾਂ ਨਹੀਂ ਲੱਗੀਆਂ। ਜੇ ਤੁਸੀਂ ਇਹਦੀ ਐਕਸਟਰਾ ਟਿਕਟ ਲੈਂਦੇ ਹੋ ਬੱਚੇ ਦੀ, ਤਾਂ ਤੁਹਾਨੂੰ ਟਿਕਟ ਦੇ ਪੈਸੇ ਪੇ ਕਰਨੇ ਪੈਂਦੇ ਆ, ਸੀਟ ਮਿਲਦੀ ਆ, ਫਿਰ ਸੀਟ ਮਿਲਦੀ। ਹੁਣ ਇਹ ਸਾਡੀ ਬੁੱਕਲ ਦੇ ਵਿੱਚ ਬਹਿ ਕੇ ਗਈ ਆ, ਰਹਿੰਦੀ ਆ। ਸੋ ਇਹ ਜਿਹੜਾ ਸੀਗਾ, ਅਤੇ ਬਾਕੀ ਜਿਹੜਾ ਸਾਨੂੰ ਬੱਚੇ ਦੇ ਨਾਲ ਤਕਲੀਫ ਆਈ, ਸਭ ਤੋਂ ਵੱਡੀ ਤਕਲੀਫ ਆਈ ਸਾਨੂੰ ਇਹਨੂੰ ਚੱਕਣ ਦੀ, ਕੈਰੀ ਕਰਨ ਦੀ, ਕਿਉਂਕਿ ਤੁਰਨ ਦੀ, ਠੀਕ ਹੈ, ਉਹਦੇ ਲਈ ਸਾਨੂੰ ਇੱਕ ਪ੍ਰੈਮ ਜ਼ਰੂਰੀ ਆ। ਪ੍ਰੈਮ ਸਾਨੂੰ ਬਹੁਤ ਜਾਣਿਆਂ ਨੇ ਰੈਕਮੈਂਡ ਕੀਤਾ ਕਿ ਪ੍ਰੈਮ ਲਓ। ਸਟਾਲਰ ਤਾਂ ਛੋਟੇ ਬੱਚੇ ਲਈ ਹੁੰਦਾ, ਇਹ ਵੱਡਾ ਹੋ ਗਿਆ ਤੇ ਇਹਦੇ ਲਈ ਹੁਣ ਪ੍ਰੈਮ ਚਾਹੀਦਾ, ਜਿਵੇਂ ਪ੍ਰੈਮ ਚਬਾ ਕੇ ਉਹਨੂੰ ਰੋੜ ਸਕਦੇ, ਉਹਦੇ ਚ ਸਮਾਨ ਵੀ, ਉਹ ਸਾਨੂੰ ਸਭ ਤੋਂ ਮੇਨ ਚੀਜ਼ ਜਿਹੜੀ ਸਾਨੂੰ ਚਾਹੀਦੀ ਆ। ਬਾਕੀ ਬਹੁਤ ਇੱਕ ਕੁਐਸਚਨ ਆਇਆ ਸੀਗਾ ਵੀ ਤੁਸੀਂ ਤਕਦੀਰ ਨੂੰ ਫੀਡ ਦਾ ਕਿੱਦਾਂ ਕੀਤਾ ਸੀ। ਸੋ ਇਹਨੂੰ ਅਸੀਂ ਅਮੂਲ ਦਾ ਦੁੱਧ ਦਿੰਦੇ ਹਾਂ, ਡੱਬੇ ਵਾਲਾ, ਸਾਰਿਆਂ ਨੂੰ ਪਤਾ ਜਦੋਂ ਅਸੀਂ ਘਰੇ ਹੁੰਦੇ ਇਹਨੂੰ ਗਾਂ ਦਾ ਦੁੱਧ ਦੇ ਦਿੰਦੇ ਕਿਉਂਕਿ ਇਹ 6 ਮਹੀਨਿਆਂ ਤੋਂ ਪਲੱਸ ਹੁਣ ਤਾਂ 1.5 ਸਾਲ ਦੀ ਹੋ ਗਈ ਹੈ, ਸੋ ਘਰੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਉਹ ਅਸੀਂ ਇਹਨੂੰ ਇਸ ਕਰਕੇ ਪਹਿਲਾਂ ਲਾ ਦਿੱਤਾ ਸੀਗੇ ਤਾਂ ਕਿ ਅਸੀਂ ਜੇ ਕਿਤੇ ਜਾਣਾ ਆਉਣਾ ਹੋਵੇ ਤਾਂ ਅਸੀਂ ਦੁੱਧ ਨਹੀਂ ਨਾਲ ਕੈਰੀ, ਉਹਦੇ ਲਈ ਅਸੀਂ ਗਰਮ ਪਾਣੀ ਬੋਤਲ 'ਚ ਪਾ ਲੈਂਦੇ ਹਾਂ, ਠੀਕ ਹੈ, ਜਿਹੜੀ ਵੱਡੀ ਬੋਤਲ ਰੱਖੀ ਹੋਈ ਆ, ਤੇ ਇੱਕ ਅਮੂਲ ਸਪਰੇ ਦਾ ਸੁੱਕੇ ਦੁੱਧ ਦਾ ਰਿਮਾਈਂਡ ਡੱਬਾ ਸੀਗਾ, ਠੀਕ ਆ, 2 ਲੈ ਗਏ ਸੀਗੇ ਅਸੀਂ, 2 ਡੱਬੇ ਸੀ ਲੈ ਗਏ ਸੀਗੇ, ਉਹ ਅਸੀਂ ਪਾ ਕੇ ਤੇ ਬਾਕੀ ਡਾਈਪਰ ਵਗੈਰਾ, ਸੋ ਜੋ ਤਾਂ ਤੇ ਜਿਹੜਾ ਇਹਨੂੰ ਬਾਕੀ ਇਹ ਸੀਗਾ ਵੀ ਇਹ ਖਾ ਪੀ ਵੀ ਲੈਂਦੀ ਹੁਣ, ਸੋ ਇਹਨੂੰ ਆਲੂ ਦੇ ਸੀਗੇ ਜਾਂ ਇਦਾਂ ਦੀਆਂ ਚੀਜ਼ਾਂ ਨਾਲ, ਜਿਹੜਾ ਵਿੱਚ ਜੇ ਆਪਾਂ ਦੇਖੀਏ ਤਾਂ ਫ੍ਰੈਂਚ ਫਰਾਈਜ਼ ਜਿਹੜੇ ਆ ਉਹ ਈਜ਼ੀਲੀ ਮਿਲ ਜਾਂਦੇ ਹੁੰਦੇ ਬੱਚੇ ਲਈ, ਫ੍ਰੈਂਚ ਫਰਾਈਜ਼ ਬਹੁਤ ਫੁੱਲ ਹੋਏ, ਬੱਚਾ ਆਲੂ ਖਾ ਲੈ। ਬਾਕੀ ਅਸੀਂ ਉੱਥੇ ਰੋਟੀ ਇੱਕ ਦਿਨ ਖਾਦੀ, ਇਹਨੂੰ ਰੋਟੀ ਰੱਜ ਕੇ ਖਵਾਤੀ ਸੀ, ਦਹੀਂ ਵੀ ਈਜ਼ੀਲੀ ਮਿਲ ਜਾਂਦਾ, ਦਹੀਂ ਖਵਾ ਸਕਦੇ ਹਾਂ, ਉਹਦੇ ਮੁਲਕਾਂ 'ਚ ਜਿਹੜੇ ਜਿੱਥੇ ਟੂਰਿਜ਼ਮ ਆ ਉੱਥੇ ਸਾਰਾ ਕੁਛ ਹੀ ਮਿਲ ਜਾਂਦਾ। ਤੇ ਬਸ ਆਹੀ ਜਿਹੜਾ ਸਾਡਾ ਸੀਗਾ, ਸਾਡਾ ਇੰਨਾ ਖਰਚਾ ਆ। ਤੇ ਬਾਕੀ ਜਿਹੜੇ ਮੈਂ ਤੁਹਾਨੂੰ ਹੁਣ ਦਿਖਾ ਦਿੰਦਾ, ਸਟੈਂਪਾਂ ਲੱਗੀਆਂ ਜਿਹੜੇ ਵੀਜ਼ੇ ਦੀ ਉਹ ਦਿੱਤੀ ਸੀਗੀ ਉਹਨਾਂ ਨੇ, ਜਿਹੜੀਆਂ ਸਾਨੂੰ ਉਹ ਦਿੱਤੀਆਂ ਮਤਲਬ ਮਲੇਸ਼ੀਆ ਨੇ ਦਿੱਤਾ, ਮਲੇਸ਼ੀਆ ਜਿਹੜੀ ਆ ਆਹ ਵਿਜ਼ਿਟ ਪਾਸ ਦਿੰਦਾ ਆ, ਠੀਕ ਹੈ ਜੀ। ਇਹ ਸਾਡੀ 27 ਜਨਵਰੀ ਨੂੰ ਐਂਟਰੀ ਹੋਈ ਸੀਗੀ, ਅਤੇ ਇਹਦੇ ਵਿੱਚ ਲਿਖਿਆ ਵੀ ਹੋਇਆ ਵੀ 30 ਡੇਜ਼ ਦੀ ਜਿਹੜੀ ਹੈ ਐਂਟਰੀ ਆ। ਅਤੇ ਥਾਈਲੈਂਡ ਦਾ ਵੀ ਦਿਖਾ ਦਿੰਦਾ, ਆਹ ਦੇਖੋ ਜੀ, ਆਹ ਥਾਈਲੈਂਡ ਦੀ ਐਂਟਰੀ ਆ, ਇਹ ਸਾਡੀ 30 ਜਨਵਰੀ ਨੂੰ 28 ਫੈਬ ਤੱਕ ਜਿਹੜੀ ਹੈ
ਐਂਟਰੀ ਸੀਗੀ 28 ਦਿਨਾਂ ਦੀ, ਮਤਲਬ 1 ਮਹੀਨੇ ਦੀ, ਪੂਰੇ 1 ਮਹੀਨੇ ਦੀ ਜਿਹੜੀ ਸਾਨੂੰ ਵੀਜ਼ਾ ਮਿਲਿਆ ਸੀਗਾ। ਅਤੇ ਇਹ ਔਨ ਅਰਾਈਵਲ ਆ, ਅਤੇ ਬਾਕੀ ਆਪਾਂ ਹੁਣ ਮਿਲਦੇ ਹਾਂ ਅਗਲੇ ਵਲੋਗ ਦੇ ਨਾਲ, ਅਤੇ ਵਲੋਗਸ ਫਿਰ ਤੋਂ ਕੰਟੀਨਿਊ ਜਿਹੜੇ ਆ ਜਿਹੜੇ ਆਪਾਂ ਇੱਥੇ, ਅਤੇ ਬਾਕੀ ਅਗਲੇ ਟ੍ਰਿਪ ਵੀ ਪਲੈਨ ਹੋ ਰਹੇ ਆ ਜਿੱਥੇ ਆਪਾਂ ਜਾਣਾ। ਅਤੇ ਬਸ ਬਈ ਟਰੈਵਲਿੰਗ ਨੂੰ ਪਿਆਰ ਦਿਓ, ਬਸ ਆਪਾਂ ਤਾਂ ਇਹੀ ਕਹਾਂਗੇ, ਅਤੇ ਬਸ ਲੱਗੇ ਰਹਾਂਗੇ, ਤੁਸੀਂ ਬਾਕੀ ਦੇਖਣਾ ਨਹੀਂ ਦੇਖਣਾ ਤੁਹਾਡੀ ਮਰਜ਼ੀ ਆ। ਅਤੇ ਬਸ ਹੋਰ ਤਾਂ ਵਧੀਆ ਰਿਹਾ, ਸਾਡਾ ਟ੍ਰਿਪ ਬਹੁਤ ਵਧੀਆ ਰਿਹਾ, ਬਾਬਾ ਜੀ ਦੀ ਕਿਰਪਾ ਰਹੀ, ਅਤੇ ਦੋਨੋਂ ਕੰਟਰੀਜ਼ ਦੇ ਵਿੱਚ ਸਭ ਤੋਂ ਵੱਡੀ ਗੱਲ ਗੁਰੂ ਘਰਾਂ ਦੇ ਦਰਸ਼ਨ ਵੀ ਹੋਏ। ਅਤੇ ਮਿਲਦੇ ਹਾਂ ਆਪਾਂ ਅਗਲੇ ਵਲੌਗ ਦੇ ਨਾਲ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਕਿੱਦਾਂ ਦੇ ਲੱਗਦੇ ਆ, ਅਤੇ ਆਹੀ ਸਾਡਾ ਖਰਚਾ ਸੀਗਾ। ਅਤੇ ਬਸ ਬਾਏ ਬਾਏ, ਮਿਲਦੇ ਹਾਂ ਨਵੇਂ ਵਲੌਗ ਦੇ ਨਾਲ।